ਗੁੱਡ ਮੋਰਨਿੰਗ ਸਾਰਿਆਂ ਨੂੰ ਜੀ, ਨਾਲੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵੇਰ ਦੀ ਸੈਰ ਚੱਲਣ ਦੀ ਹੈ ਜੀ, ਐਤਵਾਰ ਦਾ ਟਾਈਮ ਆ ਅਤੇ ਬਹੁਤ ਸੋਹਣਾ ਮੈਨੂੰ ਵਾਤਾਵਰਨ ਲੱਗਿਆ ਅਤੇ ਮੈਂ ਸੋਚਿਆ ਵੀ ਕੁਝ ਮੂਵਮੈਂਟ ਜਿਹੜੀਆਂ ਕੈਮਰੇ 'ਚ ਕੈਦ ਕਰਨੇ ਆ। ਵੈਸੇ ਵੀ ਵੀਡੀਓ ਨਹੀਂ ਬਣ ਰਹੀ, ਕਿਤੇ ਜਾਇਆ ਨਹੀਂ ਜਾਣ ਡਿਆ, ਮੀਂਹ ਛੱਡਣ ਡੇ ਜਾਣ, ਕਿਉਂ 16 ਜੂਨ ਦੇ ਸ਼ੁਰੂ ਹੋਇਆ, ਭਾਵੇਂ ਪਹਾੜ ਆ ਭਾਵੇਂ ਪੰਜਾਬ ਆ, ਬੰਦ ਨਹੀਂ ਹੋਏ। ਹੁਣ ਆਨੰਦ ਮਾਣੋ ਜੀ, ਖੂਬਸੂਰਤ ਸਵੇਰ ਦਾ ਸੜਕ ਆ, ਇੱਧਰ ਖੂਬਸੂਰਤ ਗਰਾਊਂਡ, ਇੱਧਰ ਚੱਲ ਰਿਹਾ ਪਾਣੀ। ਉਹਦਾ ਸਵੇਰ ਸਵੇਰ ਰੋਜ਼ ਉੱਠਣਾ ਚਾਹੀਦਾ ਮੇਰੇ ਹਿਸਾਬ ਨਾਲ ਕਿ ਸਾਰਿਆਂ ਹਿਸਾਬ ਨਾਲ ਜੀ, ਅਤੇ ਪਰ ਮਸਲਾ ਇਹ ਆ ਵੀ ਸਵੇਰ ਸਵੇਰ ਜਾਗ ਨਹੀਂ ਆਉਂਦੀ, ਬਹੁਤੀ ਛੇਤੀ ਉੱਠਣਾ ਪੈਂਦਾ, ਨਹੀਂ ਤਾਂ ਸਕੂਲ ਦਾ ਕੰਮ ਖਰਾਬ ਹੋ ਜਾਂਦਾ। ਹੁਣ ਜਿੱਦਾਂ ਮੈਂ 6:45 ਮੈਂ ਆਇਆ ਵਾਂ, ਅਤੇ 8 ਵਜੇ ਸਕੂਲ ਹੁੰਦਾ ਅਤੇ 7:30 ਵਜੇ ਨਿਕਲਣਾ ਪੈਂਦਾ ਘਰੋਂ, ਜਾਂ ਤਾਂ ਬੰਦਾ 5:30 ਉੱਠੇ ਫਿਰ ਗੱਲ ਬਣਦੀ ਆ। ਇੱਕ ਘੰਟਾ ਨਾ ਬੰਦਾ ਸੈਰ ਕਰੇ ਸਵੇਰੇ ਸਵੇਰੇ। ਹੁਣ ਮਿਲ ਗਰਾਊਂਡ ਦਾ ਕੀ ਸਟੇਟਸ ਆ, ਹੋਰ ਵੀ ਵੀਡੀਓ ਬੜੀਆਂ ਬਣਾਉਣੀਆਂ ਪਈਆਂ ਜਿਹੜੀਆਂ ਮੇਰੀਆਂ ਪੈਂਡਿੰਗ ਆ, ਅਜੇ ਬਣੀਆਂ ਨਹੀਂ ਮੇਰੇ ਕੋਲ, ਜਿਹੜੇ ਕਿ ਧਾਰੀਵਾਲ ਨਾਲ ਕਨੈਕਟਡ ਆ। ਕਮੈਂਟ ਮੈਨੂੰ ਪ੍ਰਾਪਤ ਹੋਏ ਆ, ਮੈਂ ਨੋਟ ਕਰਕੇ ਰੱਖੇ ਆ ਪਰ ਮੇਰੇ ਕੋਲ ਬਣਾ ਨਹੀਂ ਸਕਿਆ ਮੈਂ। ਅਜੇ ਇੱਦਾਂ ਦਾ ਕੋਈ ਮਾਹੌਲ ਆ ਗਰਾਊਂਡ ਵਿੱਚ, ਟੀਮਾਂ ਤਿਆਰ ਹੋਣਗੀਆਂ ਮੈਚ ਖੇਡਣ ਨੂੰ, ਅਜੇ ਮੇਰੇ ਸਾਹਮਣੇ ਕੋਸਕੋ ਦੇ ਬੰਦੇ ਹੋਣੇ ਆ ਕੁਝ। ਆਹ ਜਿਹੜੇ ਰੁੱਖ ਆ ਪੌਦੇ ਆ ਵਿਕਸ਼ ਆ ਜਾਮਨੂ ਦੇ, ਜਿਹੜੇ ਇਹਨਾਂ ਨੂੰ ਜਾਮਨੂ ਲੱਗਦੇ ਨਾ, ਜਾਮਨੂ ਮੋਟੇ ਲੱਗਦੇ ਆ, ਇਹ ਜਾਮਨੂ ਜਦੋਂ ਲੱਗਦੇ ਆ ਇੱਥੇ ਹੀ ਵਿਕਦੇ ਆ, ਇੱਥੇ ਹੀ ਵੇਚਦੇ ਹੁੰਦੇ ਥੱਲੇ ਹੀ ਇਹਦੇ। ਜਿਹੜੇ ਨਹਿਰ ਦੀ ਪੱਟੜੀ ਵਾਲੇ ਜਾਮਨੂ ਆ, ਉਹ ਨਹਿਰ ਦੀ ਪੱਟੜੀ ਲੱਗੇ ਹੀ ਵੇਚਦੇ ਆ, ਇਹਦੇ ਸਾਰੇ ਪਾਸੇ ਹੀ ਰੁੱਖ ਆ ਜਾਮਨੂਆਂ ਦੇ, ਸਾਹਮਣਾ ਸਾਈਡ ਛੱਡ ਕੇ, ਮਿੱਲ ਵਾਲੀ ਛੱਡ ਕੇ। ਬਰਸਾਤਾਂ ਦੇ ਕਰਕੇ ਘਾਹ ਵੱਡਾ ਹੋ ਗਿਆ, ਕਿਉਂਕਿ ਜਦੋਂ ਵੀ 1-2 ਘੰਟੇ ਮੀਂਹ ਆਉਂਦਾ ਨਾ, ਪਾਣੀ ਇੱਥੇ ਰੁੱਕ ਜਾਂਦਾ ਵਾ, ਉਹਦੇ ਕਰਕੇ ਜਿਹੜਾ ਘਾਹ ਵਾ ਵੱਡਾ ਹੋ ਗਿਆ। ਕ੍ਰਿਕਟ ਪ੍ਰੇਮੀਆਂ ਲਈ ਇਹ ਨਿਰਾਸ਼ਜਨਕ ਗੱਲ ਆ, ਕਿਉਂਕਿ ਬੋਲ ਫਸਣ ਲੱਗ ਪੈਂਦੀ ਆ, ਵੈਸੇ ਪਲੇਅਰ ਤਿਲਕਣ ਵੀ ਲੱਗ ਪੈਂਦੀ ਆ ਜਿੱਦਾਂ ਵੇਖੋ। ਪਰ ਇਹ ਗਰਾਊਂਡ ਦੀ ਇੱਕ ਖਾਸੀਅਤ ਆ, ਅੱਜ ਜਦੋਂ ਬਰਸਾਤਾਂ ਮੁੱਕਣੀਆਂ ਵਾ, ਇਹਦੀ ਘਾਹ ਦੀ ਕਿਸੇ ਨੇ ਕਟਿੰਗ ਨਹੀਂ ਕਰਨੀ, ਆਪਣੇ ਆਟੋਮੈਟਿਕਲੀ ਸੈੱਟ ਹੋਣਾ ਵਾ, ਜਾਂ ਤਾਂ ਜਾਨਵਰਾਂ ਨੇ ਆਣ ਕੇ ਖਾਣਾ ਵਾ ਅਤੇ ਸੈੱਟ ਹੋਣਾ, ਕਿੱਦਾਂ ਹੋਣਾ ਵਾ, ਪਰ ਬੰਦੇ ਨੇ ਨਹੀਂ ਕਰਨਾ, ਇਹ ਪੱਕੀ ਗੱਲ ਆ, ਸਾਰਾ ਏਰੀਆ ਸੈੱਟ ਹੋ ਜਾਂਦਾ ਹੁੰਦਾ। ਚਲੋ ਆਹ ਸੈਡ ਜਾਂਦੇ ਹਾਂ, ਭਲਾ ਬਾਹਰੋਂ ਕੁਝ ਦੇਖਦਾ ਮਿਲਦਾ ਕਿ ਨਹੀਂ ਦੇਖਦਾ, ਆਹ ਜਿਹੜਾ ਪਹਾੜ ਜਿਹਾ ਚੜ੍ਹ ਕੇ ਵੇਖਦੇ ਹਾਂ ਭਲਾ ਕੋਈ ਲੱਭਦਾ। ਲੱਭਦੀਆਂ ਉਹ ਚੀਜ਼ਾਂ ਜਿਹੜੀਆਂ ਮੈਂ ਵੀਡੀਓ 'ਚ ਖਾਲੀਆਂ ਸੀ, ਰੈਜ਼ਰਵਾਇਰ ਜਿਹੀ ਪਾਣੀ ਵਾਲੇ ਮਿਲਦੇ, ਉਹਦਾ ਮੇਨ ਕੰਧ ਉਹ ਆ, ਉਹ ਜਾਣ ਡੀ ਆ, ਆਹ ਰੈਜ਼ਰਵਾਇਰ ਜਿਹੇ ਬਣੇ ਆ, ਪਾਣੀ ਇਕੱਠਾ ਹੋਇਆ ਇੱਥੇ ਇੱਥੇ ਆ ਉਹ ਘਰਾਟ ਜੀ ਜਿੱਥੇ ਘੁੱਗੂ ਬੋਲਦਾ ਹੁੰਦਾ, ਇੱਧਰ ਮੈਂ ਉਹ ਖਾ ਲਿਆ ਵੀਡੀਓ 'ਚ। ਇਹਦੇ ਰਹਿ ਗਈ ਮੇਨ ਗਰਾਊਂਡ, ਉਹ ਜੀ ਲੱਗਿਆ ਜੀ ਬੋਰਡ ਕਾਨੂੰਨ ਅਤੇ ਵਿਵਸਥਾ ਲਈ 9,449 ਕਰੋੜ ਰੱਖ ਲਏ ਜੇ, ਡਿਸਪੈਂਸਰੀ ਦੇ ਬਾਹਰ ਲਾ ਤਾ ਜੀ ਬੋਰਡ, ਵੀ ਹੱਸਦਾ ਵੱਸਦਾ ਪੰਜਾਬ। ਇੱਧਰ ਆ ਗਿਆ ਬੇਬੇ ਨਾਨਕੀ ਕਾਲਜ, ਖਾਲਸਾ ਕਾਲਜ, ਅਤੇ ਨਾਲ ਸਾਹਿਬਜ਼ਾਦਾ ਜੋਰਾ ਸਿੰਘ ਸਕੂਲ। ਇੱਧਰ ਆ ਚਰਚ, ਬੜੀ ਪੁਰਾਣੀ ਚਰਚ ਜੀ, ਉਹਨੂੰ ਢਾਹ ਕੇ ਹੁਣ ਦੁਬਾਰਾ ਉਹਦਾ ਨਵੀਨੀਕਰਨ ਕੀਤਾ ਜਾ ਰਿਹਾ ਵਾ। ਆ ਵੇਖ ਲਓ ਲੱਗੇ ਡਸਟਬਿਨ ਲੱਗੇ ਆ, ਸਰਕਾਰ ਨੇ ਫਰਜ਼ ਨਿਭਾਤਾ ਵੀ ਲਾ ਤੇ ਆ, ਅੱਗੇ ਲਿਖਿਆ ਵਾ ਆਈ ਲਵ ਧਾਰੀਵਾਲ,
ਉਧਰ ਮੈਂ ਆਪਣੇ ਫਰਜ਼ਾਨਾ ਵੀ ਅਸੀਂ ਕੀ ਕੰਮ ਕਰ ਰਹੇ ਹਾਂ। ਫਤਿਹ ਦੀ ਸਾਂਝ ਲੱਗੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਓ ਆਪਣੀ ਗੱਲ ਕਰੀਏ ਮੁੱਦੇ ਦੀ। ਆਹ ਵੇਖੋ ਡਸਟਬਿਨ ਲੱਗ ਗਏ ਆ, ਉਹ ਸਾਹਮਣੇ ਢੇਰ ਵੇਖੋ, ਡਸਟਬਿਨ ਲੱਗ ਗਈ ਆ, ਪਰ ਡਸਟਬਿਨ ਜੇ ਪਾਉਣਾ ਨਹੀਂ, ਸਾਡਾ ਇਹ ਮੁੱਢਲਾ ਫਰਜ਼ ਆ। ਇਹ ਆ ਗਿਆ ਸਾਡਾ ਜੀ ਭਗਤ ਸਿੰਘ ਚੌਂਕ, ਇੱਥੇ ਵੀ ਬੋਰਡ ਲੱਗਾ, ਆਈ ਲਵ ਦਾ ਵੀ ਵੱਜਦਾ। ਮੈਂ ਸੋਚਿਆ ਵੀ ਚਲੋ ਨਹਿਰ ਤੱਕ ਗੇੜਾ ਮਾਰ ਆਉਂਦੇ ਹਾਂ, ਮੇਨ ਰੋਡ ਤੋਂ ਹੁੰਦਿਆਂ ਹੋਇਆ। ਆਹ ਕੁਝ ਬੇਕਰੀ ਦੀਆਂ ਦੁਕਾਨਾਂ, ਇੱਥੋਂ ਮੇਰਾ ਇਰਾਦਾ ਸੀ ਕੋਈ ਲੈ ਆਉਂਦਾ, ਪਰ ਇਹ ਬੰਦ ਆ, ਕਿਉਂਕਿ ਇਹੋ ਦੁਕਾਨਾਂ ਜਿਹੜੀਆਂ ਰਾਤ ਦੇ 10-11 ਵਜੇ ਤੱਕ ਖੁੱਲ੍ਹੀਆਂ ਰਹਿੰਦੀਆਂ, ਬਾਕੀ ਸਭ ਬੰਦ ਹੋ ਜਾਂਦੀਆਂ। ਹੁਣ ਨਹਿਰ ਦਾ ਕੰਢਾ ਤੁਹਾਨੂੰ ਵਿਖਾਉਣਾ ਥੋੜ੍ਹਾ ਜਿਹਾ। ਹੋਰ ਵੇਖ ਲਓ ਜੀ, ਸ਼ਹੀਦ ਫੌਜੀਆਂ ਦੇ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਜੀ। ਉੱਤੋਂ ਦੀ ਰਹਿਣ ਦਿੰਦੇ ਹਾਂ, ਇੱਧਰੋਂ ਦੀ ਬਹਿ ਜਾਂਦੇ ਹਾਂ, ਇੱਧਰੋਂ ਨਹਿਰ ਵੇਖ ਆਉਂਦੇ ਹਾਂ। ਆਹ ਸੀ ਜੀ ਕੁਆਟਰ ਮੇਲਾ ਦੇ, ਜਿਹੜੇ ਮੇਲ ਵਾਲਿਆਂ ਨੇ ਬਣਾ ਕੇ ਦਿੱਤੇ ਹੁੰਦੇ ਸੀ ਆਪਣੇ ਮੁਲਾਜ਼ਮਾਂ ਨੂੰ। ਇਹ ਮੋਸਟਲੀ ਖਾਲੀ ਹੋ ਗਏ ਆ, ਕੋਈ ਰਿਟਾਇਰਮੈਂਟਾਂ ਹੋ ਗਈਆਂ, ਕੁਝ ਇੱਕ ਅੱਧਾ ਕੁਝ ਸ਼ਾਇਦ ਹੋਵੇ। ਇੱਥੇ ਬੂਟੇ ਲੱਗੇ ਹੁੰਦੇ ਸੀ ਅਮਰੂਦਾਂ ਦੇ, ਅਤੇ ਇੱਥੇ ਬਾਹਰ ਰੌਣਕਾਂ ਲੱਗੀਆਂ ਹੁੰਦੀਆਂ ਸੀ, ਉਹ ਰੌਣਕਾਂ ਹੋ ਗਈਆਂ, ਲਗਭਗ ਖਾਲੀ ਹੋ ਗਏ ਨੇ ਆ, ਕਿਉਂਕਿ ਜਿਉਂ ਜਿਉਂ ਰਿਟਾਇਰਮੈਂਟ ਹੋਈ ਜਾਂਦੀ ਆ ਪਲਾਟ ਖਾਲੀ ਹੋ ਜਾਂਦੇ ਆ। ਕੁਆਟਰ ਇਹ ਖਾਲੀ ਹੋ ਗਏ ਸਾਰੇ ਕਿ ਹੈਗੇ ਅਜੇ, ਹਾਂ ਥੋੜ੍ਹੇ ਰਹਿ ਗਏ ਹੈ ਨਾ। ਉੱਦਾਂ ਇੱਥੇ ਰੌਣਕ ਮੇਲਾ ਵਾਹਵਾ ਲੱਗੇ ਹੁੰਦੇ ਸੀ ਜਦੋਂ ਅਸੀਂ ਲੰਘੀ ਦਾ ਸੀ, ਇੱਥੇ ਸਾਰੇ ਪਰਿਵਾਰ ਦੇ ਪਰਿਵਾਰ ਹੀ ਬਾਹਰ ਬੈਠੇ ਹੁੰਦੇ ਸੀ, ਉਹ ਸਾਹਮਣੇ ਬੂਹੇ ਹੁੰਦੇ ਜੀ, ਬੂਹਾ ਬੰਦ ਕਰ ਦਿੰਦੇ ਸੀ ਰਾਤ ਨੂੰ, ਚਲੋ ਸੇਫ। ਅਤੇ ਆਹ ਜਿਹੜੀ ਹੈ ਨਾ, ਇਹ ਜਿਹੜਾ ਮੰਤਰੀ ਸੀ ਸੁੱਚਾ ਸਿੰਘ ਲੰਗਾਹ ਅਕਾਲੀ ਦਲ ਦੇ ਵਿਧਾਇਕ ਸੀ, ਕਿ ਉਹਨਾਂ ਨੇ ਬਣਾਇਆ ਸੀ ਲੰਗਾਹ ਮਾਰਕੀਟ ਪੁਰਾਣੀ 2008-07 ਦੇ ਲੱਗ ਛੱਗ ਗਈ, ਪਰ ਨਹਿਰੀ ਵਿਭਾਗ ਨੇ ਕੇਸ ਕਰਕੇ ਇਹ ਕੰਮ ਅੜ ਗਿਆ। ਫਿਰ ਇਹ ਕੰਮ ਕੋਈ ਲਗਭਗ ਕੁਛ ਸਾਲ ਪਹਿਲਾਂ ਤੁਰ ਪਿਆ, ਇਸੇ ਦੁਕਾਨਾਂ ਦੁਕਾਨਾਂ ਵਿਕ ਗਈਆਂ, ਅਤੇ ਇੱਕ ਬਜ਼ਾਰਧਾਰੀ ਵੱਲ ਆਹ ਬਣ ਗਿਆ। ਜਿਹੜੇ ਖੋਖੇ ਸੀ ਨਾ ਰੋਡ 'ਤੇ, ਜਿੱਥੋਂ ਮੈਂ ਮੁੜਿਆ ਵਾਂ, ਰੋਡ ਸਾਈਡ 'ਤੇ ਖੋਖੇ ਹੁੰਦੇ ਸੀ, ਉਹ ਸਾਰੇ ਖੋਖੇ ਨੂੰ ਆਹ ਦੁਕਾਨਾਂ ਜਿਹੜੀਆਂ ਅਲਾਟ ਕੀਤੀਆਂ ਗਈਆਂ, ਇਹਨਾਂ ਨੇ ਫਿਰ ਖਰੀਦੀਆਂ, ਅਤੇ ਇੱਦਾਂ ਕਰਕੇ ਬਾਜ਼ਾਰ ਇੱਕ ਡਿਵੈਲਪਮੈਂਟ ਹੋਈ ਵੱਖਰੇ ਬਾਜ਼ਾਰ ਦੀ। ਉਦਾਂ ਹੰਗਾਰਾ 70% ਮਿਲਿਆ, ਜੇ ਪੂਰਾ ਮਿਲਦਾ ਤਾਂ ਵਧੀਆ ਰਹਿਣਾ ਸੀ। ਇੱਧਰ ਨੂੰ ਬਾਜ਼ਾਰ ਮੇਨ ਆ ਜਾਂਦਾ ਵਾ, ਆਹ ਮਾਰਕੀਟ ਆ ਜਾਂਦੀ ਆ, ਆਹ ਹਾਵੀ ਰੁੱਖ ਸਾਹਮਣੇ ਬੜਾ ਪੁਰਾਣਾ ਸੀ ਪਰ ਹੁਣ ਆਪਣੀ ਬਜ਼ੁਰਗ ਅਵਸਥਾ 'ਚ ਪਹੁੰਚ ਗਿਆ। ਇੱਥੋਂ ਕੱਢਾ ਦੇਖਦਾ ਨਹਿਰ ਦਾ, ਪਰ ਕੰਢਾ ਵੇਖਣ ਲਈ ਸੰਘਰਸ਼ ਕਰਨਾ ਪਊਗਾ। ਇੱਧਰ ਕੂੜਾ ਵਾ, ਹੋਰ ਪਾਸਾ ਵੇਖਦੇ ਹਾਂ। ਆਹ ਵੀ ਰੁੱਖ ਪੁਰਾਣੇ ਆ ਜੀ, ਵੇਖ ਕੇ ਨਾ ਯਾਦਾਂ ਆਉਂਦੀਆਂ ਵਾ। ਆਹ ਜਿਹੜੀ ਪੱਟਰੀ ਹੁੰਦੀ ਸੀ ਨਾ, ਕੱਚੀ ਹੁੰਦੀ ਸੀ ਪਹਿਲਾਂ 10-15 ਸਾਲ ਪਹਿਲਾਂ, ਅਤੇ ਇੱਧਰ ਨੂੰ ਸਾਹਮਣੇ ਜਿਹੜਾ ਪਿੰਡ ਆ ਉਹ ਆਉਂਦਾ ਵਾ ਕਲੇਰ ਕਲਾਂ ਆ ਜਾਂਦਾ ਵਾ 8-10 ਕਿਲੋਮੀਟਰ, ਜਿੱਥੇ ਮੈਂ ਪੜ੍ਹਾਉਂਦਾ ਵਾਂ। ਅਤੇ ਉਹ ਜਦੋਂ ਅਸੀਂ ਪਿੰਡ ਹੁੰਦੇ ਹਾਂ, ਕਿਉਂਕਿ 6ਵੀਂ ਕਲਾਸ ਤੱਕ ਮੈਂ ਪਿੰਡ ਹਾਂ, 6th ਸਟੈਂਡਰਡ ਤੱਕ, ਅਤੇ ਉਦੋਂ ਆਹ ਰਸਤੇ ਥਾਣੀ ਆਉਂਦੇ ਹੁੰਦੇ ਹਾਂ ਧਾਰੀਵਾਲ, ਅਤੇ ਉਦੋਂ ਮੋਸਟਲੀ ਸਾਈਕਲ ਹੁੰਦੇ ਸੀ, ਅਤੇ ਉਹਦੇ 'ਤੇ ਆਉਂਦੇ ਹੁੰਦੇ ਹਾਂ, ਅਤੇ ਮੈਨੂੰ ਵੇਖ ਕੇ ਚੇਤਾ ਆਉਂਦਾ ਵੀ ਉਦੋਂ ਵੀ ਆਹ ਰੁੱਖ ਮੈਂ ਵੇਖਦਾ ਹੁੰਦਾ। ਇਹ ਰੁੱਖ ਅਵੱਲੇ ਥੋੜ੍ਹੇ ਅਵੱਲੇ ਲੱਗਦੇ ਹੁੰਦੇ ਸੀ, ਪਤਾ ਨਹੀਂ ਕਿਹੜੇ ਆ, ਆਹ ਜਿਹੜੇ ਆ ਸ਼ਾਇਦ ਅਰਜਨ, ਸ਼ਾਇਦ ਹੋਰ ਕੋਈ। ਇੱਧਰ ਪਾਣੀ ਦਾ ਬਹੁਤ ਜ਼ਬਰਦਸਤ ਆ ਰਿਹਾ ਵਾ ਫਲੋ, ਵਿਖਾਉਂਦਾ ਮੈਂ ਲਾਗੂ।
ਮੈਂ ਐਂਟਰੋ ਚੱਲਿਆ ਜੀ ਸ਼ਹਿਰ ਦੇ ਵਿੱਚ। ਹੁਣ ਜੀ ਆਹ ਚੀਜ਼ ਦੇਖੋ ਪੁਆਇੰਟ ਜਿੱਦਾਂ ਬਣਾਏ ਆ ਵੀ ਥੱਲੇ ਜਾਓ ਤੇ ਥੱਲੇ ਜਾ ਕੇ ਵਧੀਆ ਜੀ ਕੋਈ ਬਣਾਇਆ ਹੋਵੇ ਪੇਸ਼ ਬਣਾਈ ਹੋਵੇ ਸਰਕਾਰ ਇੱਥੇ ਕਮਾਈ ਕਰ ਸਕਦੀ ਆ। ਇੱਥੇ ਹੋਟਲ ਸਾਡਾ ਕ੍ਰੀਏਟ ਕੀਤੇ ਹੋਣ ਅਤੇ ਇੱਥੋਂ ਠੰਡ ਕੇ ਠੰਡੀ ਹਵਾ ਇੰਨੀ ਆਉਂਦੀ ਆ ਜਿੱਦਾਂ ਏ ਸੀ ਲੱਗਾ ਹੁੰਦਾ ਜਦੋਂ ਮੈਂ ਇੱਥੇ ਉੱਤੇ ਖਲੋ ਜਾਣਾ ਵਾ ਨਿੱਕੇ ਨਿੱਕੇ ਡਰੋਪ ਜਿਹੜੀਆਂ ਮੂੰਹ ਤੋਂ ਵੱਜਦੀਆਂ ਨਜ਼ਾਰਾ ਆ ਜਾਂਦਾ ਵਾ। ਸਰਕਾਰ ਦਾ ਹਰ ਆਪਣੀਆਂ ਨਹਿਰਾਂ ਕਵਰ ਕਰੇ ਅਤੇ ਹੋਟਲ ਆਪਣੇ ਕ੍ਰੀਏਟ ਕਰੇ ਅਤੇ ਮੈਂ ਕਿਹਾ ਵੀ ਗੱਲ ਕੋਈ ਕਰਨ ਵਾਲੀ ਰਿਹਾ ਨਹੀਂ ਜਾਂਦੀ। ਵੱਡੇ ਵੱਡੇ ਟਰੱਕ ਨਾ ਕਹਿੰਦੇ ਅੰਗਰੇਜ਼ਾਂ ਦਾ ਪੋਲਿਆ ਕੋਈ ਨਹੀਂ ਅਜੇ ਤੱਕ ਟੁੱਟਾ। ਵੇਖੋ ਪੁਆਇੰਟ ਬਣਿਆ ਹੈ ਆਹ ਵੇਖੋ ਆਹ ਵੇਖੋ ਥੱਲੇ ਖਲੋ ਕੇ ਲੋਕ ਨਜ਼ਾਰਾ ਲੈਂਦੇ ਰਹੇ ਆ ਪਹਿਲਾਂ ਪਰ ਨਜ਼ਾਰੇ ਹੁਣ ਬੰਦ ਹੋ ਗਏ ਆ। ਏਕਾ ਜਲ ਪ੍ਰਵਾਹ ਕਰਨ ਵਾਲੀ ਜਿਹੜੀਆਂ ਚੀਜ਼ਾਂ ਛੁੱਟ ਉੱਠਦੇ ਆ ਪਾਣੀ 'ਚ ਡਿੱਗਦੀਆਂ ਨਹੀਂ ਬਾਹਰ ਰਹਿ ਜਾਂਦੀਆਂ ਵਾ ਉਹਦੇ ਨਾਲ ਪਰਦਾ ਪਾਸ਼ ਹੋ ਜਾਂਦਾ ਵਾ। ਹਿਸਾਬ ਲਾਓ ਤੁਸੀਂ ਆਹ ਉੱਤੇ ਡਿੱਗੀਆਂ ਜੀ ਥੋੜ੍ਹੇ ਜਿਹੇ ਏਰੀਏ 'ਚ ਇਹਦੇ ਵਿੱਚ ਕਿੰਨੀਆਂ ਪੈਂਦੀਆਂ ਹੋਣਗੀਆਂ ਅਤੇ ਧੰਨ ਆ ਕੁਦਰਤ ਜਿਹੜੀ ਆਪਣੇ ਆਪ ਨੂੰ ਤਾਂ ਵੀ ਬਚਾਉਂਦੀ ਆ ਇੰਨਾ ਪੋਲਿਊਸ਼ਨ ਦੇ ਵਿੱਚ ਵੀ। ਹਾਂ ਵੇਖੋ ਕਿੰਨਾ ਸੋਹਣਾ ਪੁਆਇੰਟ ਆ ਹਾਂ ਨਹਿਰ 'ਤੇ ਇੱਕ ਪੁਆਇੰਟ ਲੱਗਾ ਵਾ ਜਿੱਦਾਂ ਉਹਦੀ ਸਮਿਟਰੀ ਆ ਇੱਥੋਂ ਕੀ ਡਿਵੈਲਪ ਹੋਇਆ ਵਾ ਤਾਂ ਦੱਸਣਾ ਹੁਣ ਮੈਂ ਕੀ ਬਣਿਆ ਇੱਥੋਂ ਬਣਿਆ ਵਾ ਆਹ ਜਿਹਨੂੰ ਕਹਿੰਦੇ ਆ ਮਾਝੇ ਵਿੱਚ ਤਾਂ ਜ਼ਿਆਦਾ ਸੂਆ ਹੀ ਕਹਿੰਦੇ ਇਹਨੂੰ ਸੂਆ ਹੀ ਹੋਰ ਵੀ ਬੜਾ ਕੁਛ ਕਹਿੰਦੇ ਆ ਕੋਈ ਨਾਲਾ ਵੀ ਕਹਿ ਸਕਦਾ ਵਾ ਖਾਲ ਵੀ ਕਹਿ ਸਕਦਾ ਵਾ ਇੱਥੋਂ ਇੱਕ ਸੂਆ ਡਿਵੈਲਪ ਹੁੰਦਾ ਵਾ। ਇੱਕ ਮੈਂ ਆਮ ਵੀਡੀਓ 'ਚ ਵਿਖਾ ਲਿਆ ਲੋਹੇ ਦੇ ਪੁੱਲ ਲੱਗਾ ਹੁੰਦਾ ਵਾ ਇੱਕ ਇੱਥੋਂ ਹੁੰਦਾ ਕਿਹੜਾ ਸੋਹਣਾ ਲੱਗਣ ਡਿਆ ਵਾ ਜੀ। ਅਸਲ ਅਸੀਂ ਬਾਹਰਲੇ ਜੇ ਜਾ ਬਾਹਰ ਕਿਤੇ ਵੀ ਜਾਂਦੇ ਹਾਂ ਤਾਂ ਅਸੀਂ ਵੇਖਦੇ ਹਾਂ ਪੁਆਇੰਟ ਵੇਖ ਕੇ ਫੋਟੋ ਖਿੱਚਦੇ ਹਾਂ ਸਾਡੇ ਆਪਣੇ ਪੁਆਇੰਟ ਪਰ ਪਛਾਣਦੇ ਹੁੰਦੇ ਆ ਇਹਦੀ ਅੱਖਾਂ ਤੋਂ ਉੱਜਰ ਰਹਿ ਜਾਂਦੇ ਆ ਆਹ ਘੱਟ ਸੋਹਣਾ। ਹੁਣ ਮੈਂ ਨਹਿਰ ਦੀ ਪੱਟਰੀ ਦੇ ਉੱਤੇ ਹਾਂ ਨਹਿਰ ਦੀ ਪੱਟਰੀ 'ਤੇ ਚਾਲ ਜਾ ਰਿਹਾ ਵਾਂ। ਆਹ ਕੁਝ ਪੁਰਾਣੀਆਂ ਹੈਗੀਆਂ ਕ੍ਰੇਸ਼ਨਾਂ ਜੀਆਂ ਇਹ ਪੱਕਾ ਅੰਗਰੇਜ਼ੀ ਸਾਮਰਾਜ ਆ ਆਵੇ ਇੱਦਾਂ ਇੱਦਾਂ ਲੰਬੀ ਲੰਬੀ ਇਹ ਪੱਟਰੀ ਜਾਂਦੀ ਆ ਅੱਗੇ ਵੀ ਬੜਾ ਕੁਝ ਬਹਿਣ ਵਾਲੀਆਂ ਸੀਟਾਂ ਸੂਟਾਂ ਜੀਆਂ ਲਾਈਆਂ ਵਾਂ। ਚਲੋ ਕੋਸ਼ਿਸ਼ ਤਾਂ ਕਰਦੇ ਆ ਬੰਦੇ ਸਾਡੇ ਬਚਾਉਣ ਦੀ ਵਾਤਾਵਰਨ ਪਰ ਉਹ ਬੰਦੇ ਥੋੜ੍ਹੇ ਆ ਉਹ ਬੰਦੇ 10-15% ਆ ਬਚਾਉਣ ਵਾਲੇ ਰੋੜਨ ਵਾਲੇ ਜ਼ਿਆਦਾ ਵਾ ਉਹਦੇ ਕਰਕੇ ਪੰਗਾ ਪੈਂਦਾ ਵਾ ਉੱਦਾਂ ਤਾਂ ਕੋਈ ਚੱਕਰ ਨਹੀਂ ਆ ਜਿਹੜੇ ਬੰਦੇ ਚੰਗੇ ਆ ਚੰਗੇ ਬੰਦੇ ਵੀ ਹੈਗੇ ਆ ਉਹਨਾਂ ਦੇ ਕਰਕੇ ਤਾਂ ਕੰਮ ਸਾਰਾ ਖੜਾ ਵਾ ਨਹੀਂ ਤਾਂ ਜ਼ਿਆਦਾ ਤਾਂ ਤਬਾਹੀ ਵਾਲੇ ਹੀ ਆ ਅਤੇ ਉਹ ਜਿਹੜੀ ਬਿਲਡਿੰਗ ਜੀ ਹੈ ਨਾ ਉਹਦੇ ਵਿੱਚ ਹੀ ਪੀਪਲ ਧੱਸਿਆ ਵਾ ਵਿੱਚ ਹੀ ਪੀਪਲ ਨੇ ਐਂਟਰੀ ਕੀਤੀ ਆ ਲਾਗੇ ਜਾ ਕੇ ਵੀ ਖਾ ਸਕਦਾ ਮੈਂ ਆਹ ਵੇਖੋ ਢੱਠ ਗਈਆਂ ਤਾਂ ਮੋਸਟਲੀ ਢੱਠ ਚੁੱਕੀ ਆ ਪਰ ਇੱਦਾਂ ਦਾ ਸਿਸਟਮ ਆ। ਹੋ ਜੀ ਜੇ ਮੈਂ ਜਾਂਦਾ ਅੱਗੇ ਤਾਂ ਫਿਰ ਕੀ ਹੁੰਦਾ ਵਾ ਵੀ ਵੀਡੀਓ ਲੰਬੀ ਹੋ ਜਾਂਦੀ ਆ ਹੁਣ ਮੈਂ ਵੀਡੀਓ ਇੱਥੇ ਹੀ ਸਮਾਪਤ ਕਰਨ ਲੱਗਾ ਵਾਂ ਮਗਲੇ ਬੰਨੇ ਏਰੀਆ ਬੜਾ ਪਿਆ ਵਾ ਅਤੇ ਉਹ ਜਦੋਂ ਕਿਤੇ ਫਿਰ ਮੈਨੂੰ ਯਾਦ ਆਈ ਸਵੇਰੇ ਜਾਂ ਛੁੱਟੀ ਹੋਈ ਅਤੇ ਮੈਂ ਉਹਨੂੰ ਕਵਰ ਕਰੂੰਗਾ ਅਤੇ ਇੱਦਾਂ ਤੁਹਾਨੂੰ ਬਰੀਕੀਆਂ ਨਾਲ ਜਿਹੜੀ ਜਾਂਚ ਪੜਤਾਲ ਕਰੂੰਗਾ। ਆਹ ਸਾਹਮਣੇ ਜਿਹੜੇ ਮਗਰ ਸੀ ਇਹ ਨਹਿਰੀ ਵਿਭਾਗ ਦਾ ਦਫ਼ਤਰ ਆ ਇਹ ਕੇਅਰ ਕਰਦੇ ਆ ਜੀ ਕਿੱਦਾਂ ਸੂਟਾਂ ਵਾਹਵਾ ਲੱਗੀਆਂ ਵਾਂ ਅਤੇ
ਮਾਹੌਲ ਸੋਹਣਾ ਬਣਿਆ ਵਾ ਸਵੇਰ ਦਾ। ਅਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਅਤੇ ਜੇ ਚੈਨਲ ਨਵੇਂ ਜੇ ਸਬਸਕ੍ਰਾਈਬ ਜ਼ਰੂਰ ਕਰਿਓ। ਮੈਂ ਵੇਖਿਆ ਵਾ ਮੇਰੇ ਸਬਸਕ੍ਰਾਈਬਰ ਸਿਰਫ 13% ਮੇਰੀ ਵੀਡੀਓ ਵੇਖਦੇ ਆ, ਜੇ ਮੈਂ ਆਪਣਾ ਐਨਾਲਿਟਿਕ ਚੈੱਕ ਕਰਨਾ ਵਾ। ਬਾਕੀ ਸਾਰੇ ਜਿਹੜੇ ਵਿਊ ਆਉਂਦੇ ਵਾਚ ਟਾਈਮ ਆਉਂਦਾ ਵਾ ਉਹ ਜਿਹੜੇ ਅਨਸਬਸਕ੍ਰਾਈਬ ਆ ਉਹਨਾਂ ਵੱਲ ਆਉਂਦਾ ਵਾ, ਅਤੇ ਵੀਡੀਓ ਬੜੇ ਜਣੇ ਵੇਖ ਜਾਂਦੇ ਆ। 13% ਸਬਸਕ੍ਰਾਈਬਰ ਆ, ਬਾਕੀ ਲਾ ਲਓ ਹਿਸਾਬ ਕਿੰਨੇ ਪਰਸੈਂਟ ਮਗਰ ਬਚ ਗਏ ਅਤੇ ਸਬਸਕ੍ਰਾਈਬ ਨਹੀਂ ਕਰਦੇ। ਅਤੇ ਜੇ ਤੁਹਾਨੂੰ ਕੋਸ਼ਿਸ਼ ਚੰਗੀ ਲੱਗਦੀ ਹੈ ਤਾਂ ਮਾੜਾ ਜਿਹਾ ਸਬਸਕ੍ਰਾਈਬ ਕਰੋ, ਤੁਹਾਡਾ ਤੁਸੀਂ ਬਟਨ ਹੀ ਨੱਪਣਾ ਵਾ। ਅਤੇ ਜੇ ਤੁਹਾਨੂੰ ਵੀ ਕੋਈ ਲੋੜ ਆ ਕਿਸੇ ਪ੍ਰਕਾਰ ਦਾ, ਤੁਹਾਡਾ ਕੋਈ ਲਿੰਕ ਹੈਗਾ ਵਾ ਆਪਣਾ, ਤਾਂ ਮੈਨੂੰ ਕਮੈਂਟ ਥੱਲੇ ਲਿਖੋ, ਉਹਦੀ ਕਾਪੀ ਪੇਸਟ ਕਰੋ, ਮੈਂ ਤੁਹਾਨੂੰ ਦੱਸੂੰਗਾ ਵੀ ਸਬਸਕ੍ਰਾਈਬ ਕਿੱਦਾਂ ਕਰੀਦਾ ਵਾ। ਮੈਨੂੰ ਤਾਂ ਜਿਹੜੀ ਵੀਡੀਓ ਚੰਗੀ ਲੱਗਦੀ ਮੈਂ ਉਹਦੇ ਚੈਨਲ ਸਬਸਕ੍ਰਾਈਬ ਕਰਕੇ ਰੱਖਣਾ ਆਪਣੇ ਜਿਹੜਾ ਮੇਰਾ ਡੈਸਕ ਟੋਪ ਆ ਉਹਦੇ ਉੱਤੇ, ਤਾਂ ਕਿ ਕਿਸੇ ਨੇ ਮਿਹਨਤ ਕੀਤੀ ਹੈ ਉਹਦਾ ਮੁੱਲ ਪੂਰਾ ਪਾਈਦਾ ਵਾ। ਇਸ ਲਈ ਜਿਹੜੀਆਂ ਵੀਡੀਓ ਚੱਲਦੀਆਂ ਅੱਜ ਕੱਲ੍ਹ, ਤੁਹਾਨੂੰ ਪਤਾ ਕਿੱਦਾਂ ਦਾ ਮਾਹੌਲ ਆਇਆ ਵਾ, ਮਾਹੌਲ ਇੱਦਾਂ ਦਾ ਆਇਆ ਵਾ ਵੀ ਸਾਰੇ ਆਪਣੀਆਂ ਆਸਥਾਵਾਂ ਤੋਂ ਗਿਰ ਚੁੱਕੇ ਆ। ਬੜੇ ਬੜੇ ਬੰਦੇ, ਬਹੁਤ ਲੋਕ ਗਿਰ ਚੁੱਕੇ ਆ। ਵੀਡੀਓ ਵਿੱਚ ਕੱਖ ਨਹੀਂ ਵੇਖਦੇ ਵੀ ਆਹ ਮੇਰੇ ਨਿਆਣੇ ਆ, ਮੇਰੀ ਘਰਵਾਲੀ ਆ, ਬਸ ਵੀਡੀਓ ਤਾਂ ਪਾਉਣੀ ਆ ਵੀ ਸਾਨੂੰ ਲਾਈਕ ਮਿਲਣ ਅਤੇ ਸ਼ੇਅਰ ਮਿਲਣ। ਅਤੇ ਸਾਡਾ ਇੱਦਾਂ ਦਾ ਕੰਮ ਹੈ ਨਹੀਂ ਆ, ਅਸੀਂ ਵੀਡੀਓ ਬਣਾਉਣੀ ਆ ਸਾਫ਼ ਸੁਥਰੀ, ਜਿਹੜੀ ਕਿ ਚੰਗੀ ਲੱਗੇ ਸਾਰੇ ਬੱਚੇ ਬੰਦੇ ਬੁੱਢੇ ਔਰਤਾਂ ਭੈਣਾਂ ਸਾਰੇ ਜੋ ਵੀ ਰਿਸ਼ਤੇਦਾਰੀਆਂ ਹੁੰਦੀਆਂ ਸਾਰੀਆਂ ਬਹਿ ਕੇ ਵੇਖ ਸਕਣ, ਅਤੇ ਉਹਨਾਂ ਨੂੰ ਮਜ਼ਾ ਆਵੇ ਵੀ ਆਪਣੀਆਂ ਕੋਈ ਯਾਦਾਂ ਹੁੰਦੀਆਂ ਵਾ, ਯਾਦਾਂ ਉਹਨਾਂ ਦੀਆਂ ਹੁੰਦੀਆਂ ਵਾ। ਕੋਈ ਧਾਰੀਵਾਲ ਨਾਲ ਕਨੈਕਟਡ ਬੰਦੇ ਪਾਕਿਸਤਾਨ ਆ, ਕਈ ਆਪਣੀਆਂ ਇੰਡੀਆ ਦੇ ਹੋਰ ਸਟੇਟਾਂ 'ਚ ਗਏ ਆ, ਉਹ ਸਾਰੇ ਵੇਖ ਕੇ ਮੈਨੂੰ ਕਮੈਂਟ ਕਰਦੇ ਅਤੇ ਮੈਨੂੰ ਵਧੀਆ ਲੱਗਦਾ ਵਾ ਵੀ ਮੈਂ ਕਿਸੇ ਦੀ ਖੁਸ਼ੀ ਵਿੱਚ ਸ਼ਾਮਿਲ ਹੋ ਰਿਹਾ ਵਾਂ। ਸੋ ਜੇ ਬੇਨਤੀ ਹੈ ਵੀ ਜੇ ਚੰਗਾ ਲੱਗਦਾ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਕਰਿਓ ਪਿਆਰਾ ਜਿਹਾ, ਜੇ ਤੁਹਾਨੂੰ ਇਹ ਸਾਰੇ ਸੀਨ ਜਿਹੜੇ ਮੈਂ ਉਠਾਏ ਆ ਵਧੀਆ ਲੱਗਣ, ਅਤੇ ਸਾਰਿਆਂ ਨੂੰ ਪਿਆਰ ਕੋਈ ਸਤਿ ਸ਼੍ਰੀ ਅਕਾਲ, ਹੱਸਦੇ ਰਹੋ, ਵੱਸਦੇ ਰਹੋ ਜੀ। ਓਕੇ, ਬਾਏ।